ਜੀ, ਨਹਿਰ ਦਾ ਪਾਣੀ ਦਾ ਵਾਰਾ ਵਾ ਸੀਗਾ, ਪਾਣੀ ਲੱਗ ਰਿਹਾ ਵਾ। ਰਾਤ ਤਕਰੀਬਨ 2 ਵਜੇ ਸ਼ੁਰੂ ਹੋਇਆ ਵਾ, ਇਹ ਸ਼ਾਮ ਦੇ 5 ਵਜੇ ਤੱਕ ਰਹਿਣਾ ਵਾ। ਬਿਲਕੁਲ ਇੱਥੇ ਪਾਣੀ ਲਾ ਰਹੇ ਵਾਲਾ ਸਾਹਿਬ, ਸਾਹ ਚੜ੍ਹ ਗਿਆ, ਗਰਮੀ ਆ। ਇਹਨਾਂ ਨੂੰ ਦੱਸਿਆ 42 ਤੇ ਦਰਜਾ ਹਰਾਰਤ, ਆਸੇ ਪਾਸੇ ਕਮਾਤ ਹਵਾ ਵੀ ਨਹੀਂ ਚੱਲਣ ਡਈ। ਬਿਲਕੁਲ ਜਦੋਂ ਹਵਾ ਵੀ ਚੱਲੇ, ਚਲੋ ਹਵਾ ਲੱਗੇ ਥੋੜ੍ਹੀ ਬਹੁਤੀ, ਕੁਛ ਵੀ ਨਹੀਂ। ਰਹਿਮਾਨ ਰਹੀਮ, ਅਸਲਾਮ ਵਾਲੇਕੁਮ ਦੋਸਤੋ। ਦੋਸਤੋ ਮੈਂ ਉਮੀਦ ਕਰਾਂ ਤੁਸੀਂ ਬਿਲਕੁਲ ਠੀਕ ਠਾਕ ਅਤੇ ਖੈਰ ਨਾਲ ਹੋਵੋਗੇ। ਦੋਸਤੋ ਜਦੋਂ ਤੁਸੀਂ ਮੇਰੇ ਦੇਖਣ ਡੇ, ਪਿੱਛੇ ਇੱਕ ਟਿਫਨ ਪੈਕ ਬੋਤਲ ਪਈ ਆ, ਯਾਨੀ ਕਿ ਮੈਂ ਆਪਣੇ ਵਾਲਦ ਸਾਹਿਬ ਦੀ ਰੋਟੀ ਲੈ ਕੇ ਜਾ ਰਿਹਾ ਵਾਂ। ਮੁਰੱਬੇ ਪਾਣੀ ਲਾ ਰਹੇ ਆ, ਅੱਜ ਨਹਿਰ ਦਾ ਪਾਣੀ ਦਾ ਵਾਰਾ ਸੀਗਾ। ਚਲੋ ਮੈਂ ਤੁਹਾਨੂੰ ਜਾ ਕੇ ਦਿਖਾਉਂਦਾ ਕਿ ਵਾਲਦ ਸਾਹਿਬ ਕਿੱਦਾਂ ਅੱਜ ਪਾਣੀ ਲਾ ਰਹੇ ਆ, ਕੀ ਇੱਥੇ ਕੰਮ ਕਰ ਰਹੇ, ਨਾਲੇ ਨਾਲ ਰੋਟੀ ਪਜਾ ਕੇ ਹੁੰਦੇ ਆ। ਆਪਾਂ ਬਿਲਕੁਲ ਚੱਲ ਪਏ, ਪੈਦਲ ਜਾ ਰਹੇ ਹਾਂ। ਤਕਰੀਬਨ 4 ਮਿੰਟ ਲੱਗ ਜਾਣਾ ਪੈਦਲ ਪਹੁੰਚਦੇ ਹੋਏ। ਗਰਮੀ ਵੀ ਕਾਫੀ ਆ, ਲੇਕਿਨ ਆਪਾਂ ਸਿਰ ਸਫ਼ਾ ਸੁਫ਼ਾ ਰੱਖ ਲਿਆ ਵਾ, ਇਹਤਿਆਤ ਆਪਦੀ ਫੁੱਲ ਕਰ ਲਈ ਆ, ਅਤੇ ਹੁਣ ਆਪਾਂ ਉੱਥੇ ਪਹੁੰਚ ਰਹੇ ਹਾਂ। ਦੋਸਤੋ ਜਿੱਥੇ ਤੁਹਾਨੂੰ ਦੂਰ ਖੜ੍ਹੇ ਉਹ ਦਰਖਤ ਨਜ਼ਰ ਆਉਂਦੇ ਆ, ਉਹ ਅੰਬਾਂ ਦੇ ਦਰਖਤ ਆ, ਉੱਥੇ ਜਾਣਾ ਵਾ ਆਪਾਂ। ਮਤਲਬ ਕਿ ਹੋਰ ਮਿੰਟ ਡੇਢ ਦਾ, 1.5 ਮਿੰਟ ਦਾ ਸਫ਼ਰ ਰਹਿ ਗਿਆ। ਤਾਂ ਦੇਖ ਰਹੇ, ਇੱਕ ਪਾਸੇ ਮੇਰੇ ਚਰੀ ਆ, ਇੱਕ ਪਾਸੇ ਕਮਾਦ ਆ, ਬੰਨੇ ਥਾਣੀ ਜਾ ਰਿਹਾ ਵਾਂ। ਆ ਬੱਸ ਬਹੁਤ ਬਹੁਤ ਹੋਈ ਗਈ ਆ, ਸੀਨਾ ਆਉਣ ਲੱਗ ਪਿਆ ਕਾਫੀ, ਗਰਮੀ ਕਾਫੀ ਆ ਨਾ। ਅਤੇ 42 ਦੇ ਅੱਜ ਦੱਸ ਰਿਹਾ ਵਾ, 42 ਦਰਜਾ ਹਰਾਰਤ ਦੱਸ ਰਿਹਾ ਗਰਮੀ ਦੇ ਅੱਜ। ਇਸ ਟਾਈਮ ਤਾਂ ਕਿੰਨੀ ਆ, ਹਵਾ ਵੀ ਨਹੀਂ ਬਿਲਕੁਲ ਚੱਲ ਰਹੀ, ਖਤਮ ਹੋਈ ਪਈ ਹਵਾ। ਸਾਹ ਚੜ੍ਹ ਗਿਆ, ਗਰਮੀ ਆ। ਇਹਨਾਂ ਨੂੰ ਦੱਸਿਆ 42 ਤੇ ਦਰਜਾ ਹਰਾਰਤ, ਆਸੇ ਪਾਸੇ ਕਮਾ ਤਾਂ ਹਵਾ ਵੀ ਨਹੀਂ ਚੱਲਣ ਡਈ। ਬਿਲਕੁਲ ਜਦੋਂ ਹਵਾ ਵੀ ਚੱਲੇ, ਚਲੋ ਹਵਾ ਲੱਗੇ ਥੋੜ੍ਹੀ ਬਹੁਤੀ, ਕੁਛ ਵੀ ਨਹੀਂ। ਦੇਖੋ ਜੀ, ਨਹਿਰ ਦਾ ਪਾਣੀ ਦਾ ਵਾਰਾ ਵਾ ਸੀਗਾ, ਪਾਣੀ ਲੱਗ ਰਿਹਾ ਵਾ। ਰਾਤ ਤਕਰੀਬਨ 2 ਵਜੇ ਸ਼ੁਰੂ ਹੋਇਆ ਵਾ, ਇਹ ਸ਼ਾਮ ਦੇ 5 ਵਜੇ ਤੱਕ ਰਹਿਣਾ ਵਾ। ਬਿਲਕੁਲ ਇੱਥੇ ਪਾਣੀ ਲਾ ਰਹੇ ਵਾਲਾ ਸਾਹਿਬ ਮੇਰੇ, ਕੰਮ ਕਰ ਰਹੇ ਸੀ, ਕਮਾਦ ਨੂੰ ਪਾਣੀ ਲੱਗ ਰਿਹਾ। ਆਹ ਡਰੰਮ ਪਿਆ ਖਾਦ ਦਾ, ਖਾਦ ਖੋਲੀ ਹੈ, ਬਸ ਖਤਮ ਹੋਣ 'ਤੇ ਹੀ ਆਏ ਆ। ਬਿਲਕੁਲ ਆ, ਇੱਧਰ ਟੂਵੈਲ ਆ ਸਾਡਾ, ਲੇਕਿਨ ਟੂਵੈਲ ਬਿਜਲੀ ਵਾਲਾ ਵਾ, ਚਲਾਉਣ ਦੀ ਜ਼ਰੂਰਤ ਨਹੀਂ ਪੇਸ਼ ਆਈ, ਕਿਉਂਕਿ ਮੋਗੇ ਦਾ ਪਾਣੀ ਮਾਸ਼ਾਅੱਲਾ ਠੀਕ ਆ। ਇਸ ਖੱਤੇ ਨੂੰ ਪਾਣੀ ਲਾ ਰਹੇ ਹਾਂ, ਰੋਟੀ ਦੇ ਲਈ ਆ ਅੱਬੂ ਨੂੰ, ਵਾਲਦ ਸਾਹਿਬ ਨੇ ਰੋਟੀ ਖਾ ਲਈ ਆ। ਹੁਣ ਮੈਂ ਜਾ ਰਿਹਾ ਘਰ ਵਾਪਸੀ, ਅਤੇ ਉਮੀਦ ਕਰਦਾ ਕਿ ਸਾਡੀ ਵੀਡੀਓ ਤੁਹਾਨੂੰ ਇਹ ਬਹੁਤ ਅੱਛੀ ਲੱਗੀ ਹੋਏਗੀ। ਇੱਦਾਂ ਦਾ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ, ਅਤੇ ਨਾਲ ਜਿਹੜਾ ਬੈੱਲ ਆਈਕੋਨ ਦਾ ਬਟਨ ਆ ਉਹਨੂੰ ਵੀ ਪ੍ਰੈ੸ ਕਰ ਲਓ। ਅਗਲੀ ਵੀਡੀਓ ਤੱਕ ਸਾਨੂੰ ਦਿਓ ਹੁਣ ਇਜਾਜ਼ਤ। ਓਕੇ, ਅੱਲਾਹ ਹਾਫਿਜ਼।